ਇਹ ਜਿਹੜੀ ਪੁਲਿਸ ਹੁੰਦੀ ਪੁਲਿਸ ਇਹਦੇ ਵਿੱਚ ਵੀ ਨਾ ਰੈਂਕ ਹੁੰਦੇ ਆ, ਕੋਈ 2000 ਕੋਈ 3000 ਕੋਈ 5000 ਕੋਈ 4000 ਇਹਨਾਂ ਦੇ ਨਾਂ ਰੱਖੇ ਹੁੰਦੇ ਆ। ਇੱਕ ਉੱਥੇ ਸਾਡੇ ਥਾਣੇਦਾਰ ਹੁੰਦਾ ਸੀ, ਉਹਦਾ ਨਾਂ ਸੀ ਪਰਾਲੀ। ਉਹਦੇ ਘਰੇ ਕਿਸੇ ਜੱਟ ਨੇ ਪਰਾਲੀ ਸੁੱਟ ਆਉਣੀ, ਉਹਨੇ ਪਰਾਲੀ ਤੇ ਮੰਨ ਜਾਣਾ। ਇਹ ਜਿਹੜੀ ਪੁਲਿਸ ਹੁੰਦੀ ਪੁਲਿਸ ਇਹਦੇ ਵਿੱਚ ਵੀ ਨਾ ਰੈਂਕ ਹੁੰਦੇ ਆ, ਕੋਈ 2000 ਕੋਈ 3000 ਕੋਈ 5000 ਕੋਈ 4000 ਇਹਨਾਂ ਦੇ ਨਾਂ ਰੱਖੇ ਹੁੰਦੇ ਆ। ਇੱਕ ਉੱਥੇ ਸਾਡੇ ਥਾਣੇਦਾਰ ਹੁੰਦਾ ਸੀ, ਉਹਦਾ ਨਾਂ ਸੀ ਪਰਾਲੀ। ਉਹਦੇ ਘਰੇ ਕਿਸੇ ਜੱਟ ਨੇ ਪਰਾਲੀ ਸੁੱਟ ਆਉਣੀ, ਉਹਨੇ ਪਰਾਲੀ ਤੇ ਮੰਨ ਜਾਣਾ, ਉਹਨੇ ਪਰਾਲੀ ਤੇ ਕੰਮ ਕਰ ਦੇਣਾ ਉਹਦਾ। ਇਸ ਤਰ੍ਹਾਂ ਇਹਨਾਂ ਦੇ ਖਿਤਾਬ ਵੰਡੇ ਹੁੰਦੇ ਨੇ ਵੱਖ ਵੱਖ, ਕਿਸੇ ਦਾ 2000 5000 10000 15000 ਇਸ ਤਰ੍ਹਾਂ, ਤੇ ਕਿਸੇ ਦਾ ਪਰਾਲੀ ਵੀ ਹੁੰਦਾ ਹੈ। ਇਸ ਲਈ ਆਪਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਆਪਾਂ ਕਈ ਵਾਰੀ ਆਪਣੇ ਵੀਰ ਸਾਰੇ ਦਿੱਲੀ ਜਾਂਦੇ ਰਹਿੰਦੇ ਰੈਲੀਆਂ ਦੇ, ਵੈਸੇ ਦਿੱਲੀ ਜਾਈਏ ਤੇ ਉੱਥੇ ਆਪਾਂ ਮੈਟਰੋ ਜੋ ਚੜ੍ਹਨ ਲੱਗੀ ਦਾ ਉੱਥੇ ਇੱਕ ਡੰਡਾ ਜਿਹਾ ਲੱਗਿਆ ਹੁੰਦਾ, ਇੱਕ ਟੋਕਣ ਪਾਈਆ ਫਿਰ ਡੰਡਾ ਤਾਂ ਹੁੰਦਾ ਵਾ, ਤੇ ਫਿਰ ਅੱਗੇ ਲੱਗੀ ਦਾ ਫਿਰ ਉੱਥੇ ਰੇਲ ਨੀ ਜਾਂਦਾ, ਉਹਦੀ ਮੈਟਰੋ ਹੁੰਦੀ ਆ। ਉਸ ਤਰ੍ਹਾਂ ਹੀ ਅੱਜ ਕੱਲ ਜੋ ਮਰਜ਼ੀ ਭਾਵੇਂ ਫੀਮ ਲੱਦ ਲਓ ਗੱਡੀ, ਭਾਵੇਂ ਕੁੱਕੀ ਲੱਦ ਲਓ, ਭਾਵੇਂ ਪੋਸਟ ਲੱਦ ਲਓ, ਆਹ ਜਾਲੀ ਦੂਰ ਨਾ ਜਾਓ। ਸਾਡੇ ਉੱਥੇ ਹੈਡ ਵਾਲੇ ਇਲਾਕੇ ਦੀ ਗੱਲ ਕਰ ਲਓ, ਹਰੀ ਗੱਲ ਲੱਗ ਉਹ ਹੈਡ ਦੀ ਗੱਲ ਕਰ ਲਓ ਕਿ ਉੱਥੇ ਜਦੋਂ ਵੀ ਜਾਂਦੇ ਆ ਉਹਨਾਂ ਆ 10 ਰੁਪਏ ਬਾਹਰ ਕੱਢਦੇ ਆ, ਤੇ ਉਹਨਾਂ ਉਹ ਕੰਮ ਕਰਦੇ ਮਸ਼ੀਨ ਵਾਲੀ, ਉਹਨਾਂ 10 ਰੁਪਏ ਦੀ ਬੜੋਚ ਮਾਰਨੀ ਆ, ਤੇ ਉਹ ਚ ਭਾਵੇਂ 10 ਕਿਲੋ ਪੋਸਟ ਹੋਵੇ, ਭਾਵੇਂ 20 ਕਿਲੋ ਹੋਵੇ, ਭਾਵੇਂ 10 ਕਿਲੋ ਹੋਵੇ ਤੇ ਭਾਵੇਂ 20 ਕਿਲੋ ਚ ਪੋਸਟ ਲੱਦਿਆ ਹੋਵੇ, ਤੇ ਉਹ 10 ਰੁਪਏ ਬਾਹਰ ਕੱਢ ਦੋ ਤੇ ਉਹਨਾਂ ਫੜ ਲੈਣੇ ਆ, ਤੇ ਉਹਨਾਂ ਕਹਿਣਾ ਜਾਣ ਦੋ ਜਾਣ ਦੋ ਆ ਹੋਇਆ ਅੱਜ ਸਾਡੇ ਪੰਜਾਬ। ਇਹ ਸਰਕਾਰਾਂ ਸਾਨੂੰ ਲੁੱਟੀ ਜਾਂਦੀਆਂ, ਇਹਨਾਂ ਤੋਂ ਆਪਾਂ ਕਿਦਾਂ ਪਹਿਨਾਂ ਵਾ, ਆਪਾਂ ਸਾਰੇ ਭਲੀ ਭਾਂਤ ਜਾਣਦੇ ਆ। ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ ਵੀਰੋ, ਇੱਕ ਫਿਲਾਸਫਰ ਹੋਏ ਕਾਰਲ ਮਾਰਕਸ, ਉਸਨੇ ਗੱਲ ਕਹੀ ਕਿ ਦੁਨੀਆ ਦੇ ਮਿਹਨਤ ਕਸ਼ੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ। ਇਸ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਸ ਲਈ ਮੈਂ ਜਲ ਸਮਾਨ ਦਾ ਸਮਗ ਜਤ ਹੋਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।